ਨੂੰ ਜਿਹਨੇ ਹਜ਼ਾਰਾਂ ਸਿੱਖ ਭੈਣ ਭਰਾਵਾਂ ਦਾ ਕਤਲੇਆਮ ਕੀਤਾ, ਗੁਰੂ ਧਾਮਾਂ 'ਤੇ ਹਮਲਾ ਕਰਾਇਆ, ਹਜ਼ਾਰਾਂ ਗੁਰੂ ਧਾਮਾਂ 'ਤੇ ਅੱਗ ਨਾਲ ਅਤੇ ਦੂਜੀ ਬੰਦੂਕਾਂ ਨਾਲ ਹਮਲੇ ਕੀਤੇ, ਉਸ ਟਾਈਟਲ ਨੂੰ ਆਪਣੀ ਕਾਂਗਰਸ ਪਾਰਟੀ ਵਿੱਚ ਇੱਕ ਬਹੁਤ ਵੱਡਾ ਅਹੁਦਾ ਦਿੱਤਾ। ਇਹਦਾ ਮਤਲਬ ਕੀ ਹੈ? ਕਾਂਗਰਸ ਕੀ ਦੱਸਣਾ ਚਾਹੁੰਦੀ ਹੈ? ਸਿੱਖ ਕੌਮ 'ਤੇ ਅਤੇ ਪੰਜਾਬੀਆਂ 'ਤੇ ਜ਼ਖਮਾਂ 'ਤੇ ਨਮਕ ਛਿੜਕਣਾ ਚਾਹੁੰਦੀ ਹੈ। ਮੈਨੂੰ ਬੜਾ ਦੁੱਖ ਲੱਗਿਆ ਜਦੋਂ ਸੁਣਿਆ ਆਹ ਜਿਹੜੀ ਅਨਾਊਂਸਮੈਂਟ ਕੀਤੀ ਕਿ ਕਾਂਗਰਸ ਹਾਈਕਮਾਂਡ ਨੇ, ਗਾਂਧੀ ਪਰਿਵਾਰ ਨੇ। ਮੈਂ ਸਵਾਲ ਪੁੱਛਣਾ ਚਾਹੁੰਦਾ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ, ਮੈਂ ਸਵਾਲ ਪੁੱਛਣਾ ਚਾਹੁੰਦਾ ਪੰਜਾਬ ਕਾਂਗਰਸ ਦੇ, ਪੰਜਾਬ ਦੇ ਮੁੱਖ ਮੰਤਰੀ ਚੰਨੀ ਨੂੰ, ਕਿ ਉਹਨਾਂ ਦੀ ਕੀ ਵਿਊ ਹੈ ਇਸ ਮਸਲੇ 'ਤੇ? ਲਗਾਤਾਰ ਉਹ ਰੋਜ਼ ਰੌਲਾ ਪਾਉਂਦੇ ਹੈ, ਅਤੇ ਸਭ ਤੋਂ ਵੱਡੀ ਬੇਅਦਬੀ ਟਾਈਟਲਰ ਨੇ ਕੀਤੀ ਹੈ, ਜਿਹਨੇ ਹਜ਼ਾਰਾਂ ਗੁਰੂ ਘਰਾਂ ਨੂੰ ਅਗਨੀ ਭੇਟ ਕਰਾਇਆ, ਜਿਹਨੇ ਹਜ਼ਾਰਾਂ ਭੈਣ ਭਰਾਵਾਂ ਨੂੰ ਕਤਲ ਕਰਾਇਆ। ਕੀ ਆਪਣੇ ਹਾਈਕਮਾਂਡ ਸੋਨੀਆ ਗਾਂਧੀ ਨੂੰ ਕੀ ਵਿਰੋਧ ਕਰਨਗੇ? ਕੀ ਆਵਾਜ਼ ਉਠਾਉਣਗੇ? ਕੀ ਜੇ ਉਹਨੂੰ ਨਾ ਵਾਪਸ ਕੱਢਿਆ ਗਿਆ ਉੱਥੋਂ ਵਰਕਿੰਗ ਕਮੇਟੀ ਤੋਂ, ਕੀ ਕਾਂਗਰਸ ਤੋਂ ਅਸਤੀਫਾ ਦੇਣਗੇ? ਨਵਜੋਤ ਸਿੱਧੂ ਜੀ ਅਤੇ ਚੰਨੀ ਸਾਹਿਬ, ਤੁਸੀਂ ਦੋਗਲੀ ਗੇਮ ਛੱਡ ਦਿਓ। ਇੱਕ ਪਾਸੇ ਪੰਜਾਬ ਹੈ, ਇੱਕ ਪਾਸੇ ਕੌਮ ਹੈ, ਦੂਜੇ ਪਾਸੇ ਗਾਂਧੀ ਪਰਿਵਾਰ ਹੈ। ਚੁਣੋ ਕਿਹਨੂੰ ਤੁਸੀਂ, ਕਿਹਦੇ ਹੱਥ ਤੁਸੀਂ, ਕਿਹਦੀ ਬਾਂਹ ਤੁਸੀਂ ਫੜਦੇ ਹੋ? ਥੋੜ੍ਹੇ ਦਿਨ ਪਹਿਲੇ ਕਾਂਗਰਸ ਪਾਰਟੀ ਨੇ ਉਸ ਟਾਈਟਲ ਨੂੰ, ਜਿਹਨੇ ਹਜ਼ਾਰਾਂ ਸਿੱਖ ਭੈਣ ਭਰਾਵਾਂ ਦਾ ਕਤਲੇਆਮ ਕੀਤਾ, ਗੁਰੂ ਧਾਮਾਂ 'ਤੇ ਹਮਲਾ ਕਰਾਇਆ, ਹਜ਼ਾਰਾਂ ਗੁਰੂ ਧਾਮਾਂ 'ਤੇ ਅੱਗ ਨਾਲ ਅਤੇ ਦੂਜੀ ਬੰਦੂਕਾਂ ਨਾਲ ਹਮਲੇ ਕੀਤੇ, ਉਸ ਟਾਈਟਲ ਨੂੰ ਆਪਣੀ ਕਾਂਗਰਸ ਪਾਰਟੀ ਵਿੱਚ ਇੱਕ ਬਹੁਤ ਵੱਡਾ ਅਹੁਦਾ ਦਿੱਤਾ। ਇਹਦਾ ਮਤਲਬ ਕੀ ਹੈ? ਕਾਂਗਰਸ ਕੀ ਦੱਸਣਾ ਚਾਹੁੰਦੀ ਹੈ? ਸਿੱਖ ਕੌਮ 'ਤੇ ਅਤੇ ਪੰਜਾਬੀਆਂ 'ਤੇ ਜ਼ਖਮਾਂ 'ਤੇ ਨਮਕ ਛਿੜਕਣਾ ਚਾਹੁੰਦੀ ਹੈ। ਮੈਨੂੰ ਬੜਾ ਦੁੱਖ ਲੱਗਿਆ ਜਦੋਂ ਸੁਣਿਆ ਆਹ ਜਿਹੜੀ ਅਨਾਊਂਸਮੈਂਟ ਕੀਤੀ ਕਿ ਕਾਂਗਰਸ ਹਾਈਕਮਾਂਡ ਨੇ, ਗਾਂਧੀ ਪਰਿਵਾਰ ਨੇ। ਮੈਂ ਸਵਾਲ ਪੁੱਛਣਾ ਚਾਹੁੰਦਾ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ, ਮੈਂ ਸਵਾਲ ਪੁੱਛਣਾ ਚਾਹੁੰਦਾ ਪੰਜਾਬ ਕਾਂਗਰਸ ਦੇ, ਪੰਜਾਬ ਦੇ ਮੁੱਖ ਮੰਤਰੀ ਚੰਨੀ ਨੂੰ, ਕਿ ਉਹਨਾਂ ਦੀ ਕੀ ਵਿਊ ਹੈ ਇਸ ਮਸਲੇ 'ਤੇ? ਲਗਾਤਾਰ ਉਹ ਰੋਜ਼ ਰੌਲਾ ਪਾਉਂਦੇ ਹੈ, ਅਤੇ ਸਭ ਤੋਂ ਵੱਡੀ ਬੇਅਦਬੀ ਟਾਈਟਲਰ ਨੇ ਕੀਤੀ ਹੈ, ਜਿਹਨੇ ਹਜ਼ਾਰਾਂ ਗੁਰੂ ਘਰਾਂ ਨੂੰ ਅਗਨੀ ਭੇਟ ਕਰਾਇਆ, ਜਿਹਨੇ ਹਜ਼ਾਰਾਂ ਭੈਣ ਭਰਾਵਾਂ ਨੂੰ ਕਤਲ ਕਰਾਇਆ। ਕੀ ਆਪਣੇ ਹਾਈਕਮਾਂਡ ਸੋਨੀਆ ਗਾਂਧੀ ਨੂੰ ਕੀ ਵਿਰੋਧ ਕਰਨਗੇ? ਕੀ ਆਵਾਜ਼ ਉਠਾਉਣਗੇ? ਕੀ ਜੇ ਉਹਨੂੰ ਨਾ ਵਾਪਸ ਕੱਢਿਆ ਗਿਆ ਉੱਥੋਂ ਵਰਕਿੰਗ ਕਮੇਟੀ ਤੋਂ, ਕੀ ਕਾਂਗਰਸ ਤੋਂ ਅਸਤੀਫਾ ਦੇਣਗੇ? ਨਵਜੋਤ ਸਿੱਧੂ ਜੀ ਅਤੇ ਚੰਨੀ ਸਾਹਿਬ, ਤੁਸੀਂ ਦੋਗਲੀ ਗੇਮ ਛੱਡ ਦਿਓ। ਇੱਕ ਪਾਸੇ ਪੰਜਾਬ ਹੈ, ਇੱਕ ਪਾਸੇ ਕੌਮ ਹੈ, ਦੂਜੇ ਪਾਸੇ ਗਾਂਧੀ ਪਰਿਵਾਰ ਹੈ। ਚੁਣੋ ਕਿਹਨੂੰ ਤੁਸੀਂ, ਕਿਹਦੇ ਹੱਥ ਤੁਸੀਂ, ਕਿਹਦੀ ਬਾਂਹ ਤੁਸੀਂ ਫੜਦੇ ਹੋ? ਥੋੜ੍ਹੇ ਦਿਨ ਪਹਿਲੇ ਕਾਂਗਰਸ ਪਾਰਟੀ